ਵਿਦੇਸ਼ਾਂ ਵਿਦੇਸ਼ਾਂ ਚ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ, ਸਾਡੇ ਪਿੰਡ ਨੂੰ ਉਹਨੇ ਬਹੁਤ ਹੀ ਉੱਚਾ ਚੱਕਤਾ। ਜਿਹਨੂੰ ਨਹੀਂ ਵੀ ਪਤਾ ਕਿਤੇ ਵੀ ਅਸੀਂ ਜਾਂਦੇ ਹਾਂ, ਜੇ ਕਿਸੇ ਨੂੰ ਦੱਸੀ ਤਾਂ ਸਾਡਾ ਪਿੰਡ ਰੌਲੀ, ਉਹ ਕਹਿੰਦੇ ਵੀ ਉਹ ਸਿੱਪੀ ਗਿੱਲ ਵਾਲਾ ਪਿੰਡ, ਉਹ ਸਿੱਪੀ ਵਾਲਾ ਰੌਲੀ ਹੈ। ਫਿਰ ਸਾਨੂੰ ਇਸ ਚੀਜ਼ 'ਚ ਮਾਣ ਹੁੰਦਾ ਵੀ ਸਾਡੇ ਮੁੰਡੇ ਨੇ ਬਹੁਤ ਦੂਰ ਦੂਰ ਤੱਕ ਸਾਡਾ ਆਪਣੇ ਪਿੰਡ ਦਾ ਅਤੇ ਔਰ ਆਪਦੇ ਮਾਂ ਪਿਓ ਦਾ ਨਾਮ ਕਮਾਇਆ। ਕੋਈ ਵੀ ਉਹਦੇ ਕੋਲ ਜਾਂਦਾ, ਜੇ ਕਿਸੇ ਨੇ ਕਿਹਾ ਮੈਂ ਤੇਰੇ ਨਾਲ ਫੋਟੋ ਕਰਾਉਣੀ ਆ, ਚਾਹੇ ਰੋਟੀ ਖਾਂਦਾ ਉੱਥੇ ਛੱਡ ਕੇ ਖੜਾ ਹੋ ਜਾਂਦਾ, ਕਹਿੰਦਾ ਆ ਜਾ ਪਹਿਲਾਂ ਫੋਟੋ ਕਰ ਦੇ ਫਿਰ ਮੈਂ ਖਾ ਲਊ ਰੋਟੀ। ਮੇਹਨਤ ਕੀਤੀ ਬੰਦੇ ਨੇ, ਪਰ ਘਰੋਂ ਵੀ ਸਪੋਰਟ ਫੁੱਲ ਸੀਗੀ, ਬਹੁਤ ਮਿਹਨਤ ਕੀਤੀ ਆ, ਹੁਣ ਮਿਹਨਤ ਦਾ ਫਲ ਲੱਗਾ। ਬਾਈ ਬੰਦਾ ਬਹੁਤ ਵਧੀਆ ਮਿਲਦਾ, ਪਿੰਡ ਵੀ ਆ ਕੇ ਸਾਰਿਆਂ ਨੂੰ ਵਧੀਆ ਮਿਲਦਾ ਪੂਰਾ। ਚੱਕਦਾ ਪੂਰਾ ਗੀਤ ਸੁਣਦੇ ਹੋਗੇ? ਗੀਤ ਸਾਰੇ ਵਧੀਆ ਆਦੇ, ਪਰ ਸਾਨੂੰ ਨਹੀਂ ਸੁਣਾਉਂਦੇ। ਕਿਵੇਂ ਨੇ ਉਹ ਜਿਹੜਾ ਹੁਣ ਧਰਨ ਪਾਣੀ ਪਾਣੀ ਕੱਢਣੀ ਜਾਣਦੇ ਅਸੀਂ, ਉਹ ਸਿਰਾ ਕੀਤਾ ਲਾ ਵੀ ਰਹਿੰਦੇ ਬਾਈ ਨੇ, ਦੋ ਲੈਣਾ ਸੁਣਾ ਦੇ ਸਾਨੂੰ। ਉਹ ਹੁਣ ਚੇਤਾ ਨਹੀਂ। ਜੇ ਚੰਡੀਗੜ੍ਹ ਵੀ ਰਹਿੰਦੇ ਹੁਣ, ਪਰ ਫਿਰ ਵੀ ਦੋ ਚਾਰ ਵਾਰੀ ਪੰਜ ਵਾਰੀ ਗੇੜਾ ਮਹੀਨੇ ਦੇ ਵਿੱਚ ਮਾਰਦੇ ਰਹਿੰਦੇ। ਠੀਕ ਹੈ ਜੀ, ਵੀ ਵਧੀਆ ਪਰਿਵਾਰ ਆ, ਵੀ ਇੱਕ ਹਿਸਾਬ ਦਾ ਕਹਿ ਸਕਦੇ ਵੀ ਪਿੰਡ ਦੇ ਵਿੱਚੋਂ ਜੇ ਕਿਸੇ ਨੇ ਸੱਦਿਆ ਵਾ ਤੇ ਜ਼ਰੂਰ ਜਾਂਦੇ ਉਹਨਾਂ ਦੇ। ਅੱਛਾ, ਜਾਂਦੇ ਨੇ ਹਰੇਕ? ਹਾਂ, ਹਰੇਕ ਦੇ ਜਾਂਦੇ ਨੇ, ਜੇ ਆਪ ਨਹੀਂ ਪਹੁੰਚ ਸਕਦੇ ਫਾਦਰ ਸਾਹਿਬ ਜਾਂਦੇ ਉਹਨਾਂ ਦੇ। ਕਦੇ ਇਹ ਚੀਜ਼ ਨਹੀਂ ਸੋਚਦੇ ਵੀ ਨਹੀਂ ਯਾਰ ਬਈ ਮੈਂ ਕਲਾਕਾਰ ਹਾਂ, ਮੈਂ ਪਿੰਡ ਦੇ ਲੋਕਾਂ ਨੂੰ ਥੋੜ੍ਹਾ ਬੁਲਾਉਣਾ ਵਾ, ਵੀ ਜਾਂ ਯਾਰ ਮੈਂ ਤਾਂ ਜਾਣਦੇ ਨਹੀਂ ਜਵਾਕਾਂ ਨੂੰ, ਮੈਂ ਕਾਹਤੋਂ ਬੁਲਾਵਾਂ। ਜਿਹੜਾ ਮਰਜ਼ੀ ਪਿੰਡ ਹੋੜ ਜੇ ਵਧੀਆ ਮਿਲਦੇ ਉਹਨੂੰ। ਇੱਕ ਗੱਲ ਹੁੰਦੀ ਹੈ ਨਾ, ਜਦੋਂ ਬੰਦੇ ਦੀ ਚੜ੍ਹਾਈ ਹੋ ਜਾਂਦੀ ਬੰਦਾ ਉਹ ਸਾਰੀਆਂ ਜਗ੍ਹਾ ਛੱਡ ਜਾਂਦਾ ਹੈਗਾ ਪਿੰਡ ਦੀਆਂ, ਜਿੱਥੇ ਬੈਠਣਾ ਉੱਠਣਾ ਛੱਡ ਜਾਂਦਾ। ਉਹਨੇ ਪਿੰਡ ਨਹੀਂ ਛੱਡਿਆ, ਇਹ ਚੀਜ਼ ਮੇਨ ਆ, ਉਹਨੇ ਆਪਦਾ ਪਿੰਡ ਜਦੋਂ ਵੀ ਆਉਂਦਾ ਵਾ ਟਾਈਮ ਸਪੈਂਡ ਕਰਦਾ, ਜਿਹੜੇ ਨਾਲ ਫਰੈਂਡ ਉਹਦਾ ਸਰਕਲ ਜਾਣੀ ਕਿ ਪੜਿਆ ਵਾ, ਮੇਨ ਇਹੀ ਚੀਜ਼ ਹੁੰਦੀ ਹੈ। ਜਦੋਂ ਵੀ ਬੰਦਾ ਯਾਰ ਹਾਲੇ ਥੋੜ੍ਹਾ ਜਿਹਾ ਸਕਸੈਸ ਕਰ ਜਾਂਦਾ ਵਾ, ਆਪਦੇ ਫਰੈਂਡ ਸਰਕਲ ਛੱਡ ਜਾਂਦਾ, ਨਹੀਂ ਯਾਰ ਇਹ ਤਾਂ ਪਿੰਡਾਂ ਵਾਲੇ ਆ, ਵੀ ਮੈਂ ਤਾਂ ਹਾਲੇ ਤਰੱਕੀ ਕਰ ਗਿਆ, ਵੀ ਇਹ ਤਾਂ ਹਜੇ ਉੱਥੇ ਹੀ ਫਿਰਦੇ ਆ, ਉਹਨੇ ਇਹ ਚੀਜ਼ ਨਹੀਂ ਛੱਡੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਅਤੇ ਮੈਂ ਆ ਜਗਦੀਪ ਸਿੰਘ। ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਪਹੁੰਚੇ ਹਾਂ ਇੱਕ ਉੱਘੇ ਗਾਇਕ ਦੇ ਪਿੰਡ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਅਸੀਂ ਪਹੁੰਚੇ ਹਾਂ ਪਿੰਡ ਰੌਲੀ ਦੇ ਵਿੱਚ, ਸ਼ਾਇਦ ਤੁਸੀਂ ਸਮਝ ਹੀ ਗਏ ਹੋਵੋਗੇ। ਹਾਂਜੀ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਸਿੱਪੀ ਗਿੱਲ ਜੀ ਦੇ ਪਿੰਡ ਰੌਲੀ, ਜ਼ਿਲ੍ਹਾ ਮੋਗਾ ਦੇ ਵਿੱਚ। ਇੱਥੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਲੋਕਾਂ ਨਾਲ, ਉਹਨਾਂ ਦੇ ਗੁਆਂਢੀਆਂ ਨਾਲ, ਉਹਨਾਂ ਦੇ ਘਰ ਵੀ ਲੈ ਕੇ ਚੱਲਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਸਿੱਪੀ ਗਿੱਲ ਜੀ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਈ ਜਾਵੇ, ਅਤੇ ਨਾਲ ਨਾਲ ਉਹ ਗਲੀਆਂ ਦਿਖਾਵਾਂਗੇ ਉੱਥੇ ਜਿੱਥੇ ਸਿੱਪੀ ਗਿੱਲ ਜੀ ਦਾ ਬਚਪਨ ਬੀਤਿਆ, ਉਹ ਖੇਡਦੇ ਰਹੇ ਨੇ। ਆ ਜਾਓ ਚੱਲਦੇ ਹਾਂ ਪਿੰਡ ਰੌਲੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ? ਠੀਕ ਆ ਜੀ, ਵਧੀਆ, ਤੁਸੀਂ ਇੱਧਰ ਆਏ? ਕਿਰਤ ਆਇਆ ਪੁੱਤ? ਚੱਲ ਇੱਧਰ ਚੱਲ, ਠੀਕ ਹੈ। ਹੋਰ ਸਿਹਤਾਂ ਠੀਕ ਨੇ ਜੀ? ਠੀਕ ਹੈ ਜੀ, ਵਧੀਆ, ਤੁਸੀਂ ਸੁਣਾਓ? ਸਿੱਪੀ ਗਿੱਲ ਜੀ ਨੂੰ ਜਾਣਦੇ ਹੋ? ਲੈ, ਸਿੱਪੀ ਗਿੱਲ ਸਾਡੇ ਪਿੰਡ ਦਾ ਹੀਰੋ ਹੈ। ਅੱਛਾ ਜੀ, ਅਤੇ ਜਿਵੇਂ ਗਾਇਕੀ ਦੇ ਵਿੱਚ ਉਹਨੇ ਪਿੰਡ ਦਾ ਨਾਂ ਦੂਰ ਦੂਰ ਤੱਕ ਰੌਸ਼ਨ ਕੀਤਾ, ਕਿਵੇਂ ਲੱਗਦਾ? ਦੇਸ਼ਾਂ ਵਿਦੇਸ਼ਾਂ 'ਚ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ, ਸਾਡੇ ਪਿੰਡ ਨੂੰ ਉਹਨੇ ਬਹੁਤ ਹੀ ਉੱਚਾ ਚੱਕਤਾ। ਜਿਹਨੂੰ ਨਹੀਂ ਵੀ ਪਤਾ ਕਿਤੇ ਵੀ ਅਸੀਂ ਜਾਂਦੇ ਹਾਂ, ਜੇ ਕਿਸੇ ਨੂੰ ਦੱਸੀ ਤਾਂ ਸਾਡਾ ਪਿੰਡ ਰੌਲੀ, ਉਹ ਕਹਿੰਦੇ ਵੀ ਉਹ ਸਿੱਪੀ ਗਿੱਲ ਵਾਲਾ ਪਿੰਡ, ਉਹ ਸਿੱਪੀ ਵਾਲਾ ਰੌਲੀ ਹੈ। ਫਿਰ ਸਾਨੂੰ ਇਸ ਚੀਜ਼ 'ਚ ਮਾਣ ਹੁੰਦਾ ਵੀ ਸਾਡੇ ਮੁੰਡੇ ਨੇ ਬਹੁਤ ਦੂਰ ਦੂਰ ਤੱਕ ਸਾਡਾ ਆਪਣੇ ਪਿੰਡ ਦਾ ਅਤੇ ਔਰ ਆਪਦੇ ਮਾਂ ਪਿਓ ਦਾ ਨਾਮ ਕਮਾਇਆ। ਅਤੇ ਜੇ ਆਪਾਂ ਉਹਨਾਂ ਦੇ ਸੁਭਾਅ ਦੀ ਗੱਲ ਕਰੀਏ, ਕਿੱਦਾਂ ਦਾ ਸੁਭਾਅ? ਸੁਭਾਅ ਬਹੁਤ ਵਧੀਆ, ਮਿਲਣਸਾਰ ਆ, ਜਦੋਂ ਆਉਂਦਾ ਕੋਈ ਵੀ ਉਹਦੇ ਕੋਲ ਜਾਂਦਾ, ਜੇ ਕਿਸੇ ਨੇ ਕਿਹਾ ਮੈਂ ਤੇਰੇ ਨਾਲ ਫੋਟੋ ਕਰਾਉਣੀ ਆ, ਚਾਹੇ ਰੋਟੀ ਖਾਂਦਾ ਉੱਥੇ ਛੱਡ ਕੇ ਖੜਾ ਹੋ ਜਾਂਦਾ, ਕਹਿੰਦਾ ਆ ਜਾ ਪਹਿਲਾਂ ਫੋਟੋ ਕਰ ਦੇ ਫਿਰ ਮੈਂ ਖਾ ਲਊ ਰੋਟੀ। ਅਤੇ ਗਾਉਣ ਦਾ ਸ਼ੌਂਕ ਉਹਨਾਂ ਨੂੰ ਕਦੋਂ ਪਿਆ ਵੀ, ਸਕੂਲ ਤੋਂ ਜਾਂ ਪਹਿਲਾਂ ਤੋਂ? ਸਕੂਲ ਟਾਈਮ ਤੋਂ ਹਟਣ ਸਾਰ ਹੀ ਉਹ ਗਾਉਣ ਵਾਲੇ ਪਾਸੇ ਨੂੰ ਲੱਗ ਗਿਆ। ਇੱਥੇ ਪਿੰਡ ਸਾਡੇ ਉਹਨਾਂ ਦਾ ਬਾਹਰ ਘਰ ਹੁੰਦਾ ਸੀ ਇੱਕ, ਉਹ ਤਕਰੀਬਨ ਅਸੀਂ ਨਿੱਕੇ ਹੁੰਦੇ ਨੂੰ ਉਹਨੂੰ ਵੇਹ ਦਿੰਦੇ, ਹੁਣ ਉਹ ਉੱਥੇ ਰਿਆਜ਼ ਕਰਨ ਜਾਂਦਾ ਹੁੰਦਾ ਜੀ ਇਕੱਲਾ, ਉਹਨੇ ਹਾਰਮੋਨੀਅਮ ਰੱਖਿਆ ਸੀ ਉੱਥੇ, ਉੱਥੇ ਖੇਤ ਬੈਠ ਕੇ ਰਿਆਜ਼ ਕਰਦਾ ਹੁੰਦਾ ਕਿੰਨਾ ਕਿੰਨਾ ਚਿਰ ਆਪਣੇ ਖੇਤ ਵਿੱਚ, ਆਪਦੇ ਹਾਂ ਆਪਦੇ ਤਾਏ ਕੇ ਖੇਤਾਂ ਦੇ ਵਿੱਚ, ਉੱਥੇ ਉਹਨਾਂ ਦਾ ਖੇਤ ਇੱਕ ਮਕਾਨ ਸੀ, ਉਸ ਮਕਾਨ ਦੇ ਵਿੱਚ ਇਕੱਲਾਪਣ ਹੋ ਕੇ ਇਕੱਲਾ ਹੋ ਕੇ ਮਤਲਬ ਉਹ ਰਿਆਜ਼ ਕਰਦਾ ਸੀ ਬੈਠ ਕੇ। ਅਤੇ ਪਰਮਾਤਮਾ ਨੇ ਉਹਨਾਂ ਦੀ ਮਿਹਨਤ ਨੂੰ ਵੀ ਬਹੁਤ ਮਿਹਨਤ ਕੀਤੀ ਹੈ, ਬੜਾ ਨਾਂ ਉੱਚਾ ਕਮਾਇਆ, ਨਾਂ ਬੜਾ ਸੋਹਣਾ ਚੱਲ ਰਿਹਾ ਅੱਜ ਦੁਨੀਆ ਦੇ ਉੱਤੇ, ਸਾਰੇ ਪਾਸੇ ਸਿੱਪੀ ਸਿੱਪੀ ਹੋ ਰਹੀ ਹੈ। ਕਿ ਪਿੰਡ ਕਿੰਨਾ ਕੁ ਆਉਂਦੇ ਨੇ ਉਹ? ਪਿੰਡ ਤਕਰੀਬਨ ਬਹੁਤ ਪਿੰਡ ਵੀ ਆਉਂਦਾ, ਜਦੋਂ ਵੀ ਉਹ ਆਪਦੇ ਕੰਮਾਂ ਗੱਲਾਂ ਤੋਂ ਵਿਹਲਾ ਹੋ ਜਾਂਦਾ ਉਸ ਤੋਂ ਬਾਅਦ ਪਿੰਡ ਆਉਂਦਾ। ਤੇ ਅੱਜ ਕੱਲ੍ਹ ਕਿੱਥੇ ਰਹਿ ਰਹੇ ਨੇ?
हाथ उदे दिन कल पा कल ही सा मिलाप होया एक शादी के उस तो पहले एक पिंड ही उन्हें खड़ा लाया ठीक है जी पिंड दे प्रोग्राम दे विच पिंड दे प्रोग्राम दे विच ही उन्हें बागे पुराने पैलेस दे विच खड़ा लाया उन्हें बहुत सोहने प्रोग्राम ते की काम कार सी इन्हां दा पहला जदों ही गाउंदे नहीं सी डेयरी पहले खेतीबाड़ी दा काम करदे सी उस तो बाद इन्हां दे चाचा जी जिहड़े सी उह बाहर चले गए जी दादा दादी भी सारे बाहर सी भूआ जी सारे बाहर सीगे उन्हां ने मतलब बहुत उत्थे आपदियां मेहनतां कीतियां इत्थे दे डेयरी ने पिंड दे सरपंच रहे आ हुण वी उन्हां दा पिंड दे विच नां है और पूरा सरकारां दे विच वी नां है उहदा उहदे डेयरी दा बहुत वधिया उह बंदा है पिंड दे विच आड़तिया है ਲੋਕਾਂ ਦੇ ਨਾਲ ਕਾਫੀ ਉਹਦਾ ਮਿਲਾਪ ਹੈ ਸਾਰੇ ਸਾਡੇ ਨੇੜੇ ਤੇੜੇ ਦੇ ਪਿੰਡ ਆ ਸਾਰਿਆਂ ਦੇ ਨਾਲ ਉਹਦਾ ਹੈਗਾ ਪੂਰਾ ਵਧੀਆ ਵਿਹਾਰ ਚੱਲ ਗਿਆ ਹੁਣ ਫਿਰ ਉਹ ਜ਼ਮੀਨ ਠੇਕੇ ਤੇ ਦੇ ਦਿੰਦੇ ਨੇ ਆਪਣੀ ਆਪ ਖੇਤੀ ਨਹੀਂ ਕਰਦੇ ਕਿਉਂਕਿ ਉਹ ਆਪ ਤਾਂ ਮਤਲਬ ਇਹ ਸਿੱਪੀ ਆ ਜਿਹੜਾ ਵੀ ਇਹ ਆਪਦੇ ਕੰਮ ਦੇ ਵਿੱਚ ਇਸ ਦੇ ਤੇ ਕਿਉਂਕਿ ਇਹਨਾਂ ਦਾ ਤਾਂ ਆਪਦਾ ਹੀ ਕੰਮ ਨਹੀਂ ਮੁੱਕਦਾ ਤੇ ਡੇਲੀ ਉਹਦਾ ਜਿਹੜਾ ਉਹਦਾ ਆੜਤ ਦੇ ਕੰਮ ਨਾਲ ਉਹ ਆਪਦਾ ਉਹ ਕੰਮ ਕਰਦਾ ਠੀਕ ਹੈ ਬਹੁਤ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਵਧੀਆ ਜੀ ਵਧੀਆ ਮਹਾਰਾਜ ਸਿੱਪੀ ਗੱਲੀ ਜੀ ਨੂੰ ਕਿੰਨਾ ਕੁ ਜਾਣਦੇ ਹੋ ਬਹੁਤ ਨੇੜੇ ਤੋਂ ਜਾਣਦੇ ਜੀ ਕਿੱਦਾਂ ਦਾ ਸੁਭਾਅ ਬਾਈ ਦਾ ਬਹੁਤ ਵਧੀਆ ਸੁਭਾਅ ਜਦੋਂ ਕਿਤੇ ਬਾਹਰ ਜਾਂਦੇ ਹੋਗੇ ਕਹਿੰਦੇ ਵੀ ਅਸੀਂ ਰੌਲੀ ਪਿੰਡ ਤੋਂ ਆਏ ਹਾਂ ਅਗਲਾ ਐਂ ਪੁੱਛਦਾ ਵੀ ਉਹੀ ਸਿੱਪੀ ਗੱਲਾਂ ਲਈ ਰੌਲੀ ਕਹਿ ਦੇਈਦਾ ਸਾਡਾ ਮੁੰਡਾ ਆਪਦਾ ਆਪਦਾ ਮੁੰਡਾ ਕਹੀਦਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਮਹਿਸੂਸ ਹੁੰਦਾ ਮਾਣ ਵਿਆਹ ਵੀ ਜਿਹੜਾ ਕੀਤਾ ਸਭ ਠੰਡੇ ਮੈਂ ਹੀ ਲਿਆ ਕੇ ਦਿੱਤੇ ਆ ਅੱਛਾ ਉਹਨਾਂ ਦੇ ਵਿਆਹ 'ਚ ਉਹਦੇ ਵਿਆਹ 'ਚ ਸਿੱਪੀ ਦੇ 'ਚ ਹੋਰ ਦੱਸ ਡਿਊਟੀ ਲਾਤੀ ਆੜਤੀਆ ਸਾਡਾ ਉਹ ਸਰਪੰਚ ਡਿਊਟੀ ਲਾਤੀ ਵੀ ਤੂੰ ਠੰਡੇ ਲਿਆਉਣੇ ਆ ਮੈਂ ਟਰਾਲੀ ਭਰ ਕੇ ਠੰਡਿਆਂ ਦੀ ਲਿਆਤੀ ਖਾਰੇ ਠੰਡੇ ਜੋ ਕੁਛ ਵੀ ਆ ਸਮਾਨ ਜਿਹੜਾ ਸ਼ਗਨ ਆ ਉਹ ਮੇਰੇ ਛੋਟੇ ਭਰਾ ਨੂੰ ਫੜਾਇਆ ਜਿੰਨਾ ਸ਼ਗਨ ਆਇਆ ਇੰਨੇ ਵਧੀਆ ਬੰਦੇ ਪਿੰਡ 'ਚ ਨਹੀਂ ਹੋਣੇ ਕੋਈ ਕਿੰਨੇ ਭੈਣ ਭਾਈ ਨੇ ਸਿੱਪੀ ਗੱਲ ਹੋ ਰਹੀ ਸਿੱਪੀ ਗੱਲ ਹੋਣੀ ਇੱਕ ਭੈਣ ਹੈ ਅਤੇ ਇੱਕ ਭਰਾ ਹੈ ਸਿੱਪੀ ਆ ਅੱਛਾ ਦੋ ਭੈਣ ਦੋ ਭੈਣ ਭਾਈ ਆ ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਬੇਟਾ ਠੀਕ ਨੇ ਜੀ ਠੀਕ ਠਾਕ ਵਧੀਆ ਸਿੱਪੀ ਗੱਲੂ ਨੂੰ ਜਾਣਦੇ ਹੋ ਹਾਂਜੀ ਜਾਣਦੇ ਆ ਜੀ ਮਿਲੇ ਹੋਗੇ ਹਾਂਜੀ ਇੱਥੇ ਮਿਲੇ ਆ ਪਿੰਡ ਦਾ ਬੰਦਾ ਕਿੱਦਾਂ ਦਾ ਸੁਭਾਅ ਜੀ ਬਾਈ ਠੀਕ ਠਾਕ ਬਹੁਤ ਵਧੀਆ ਜੀ ਵਧੀਆ ਸੁਭਾਅ ਹਾਂਜੀ ਬਹੁਤ ਵਧੀਆ ਜਦੋਂ ਕਿਤੇ ਬਾਹਰ ਜਾ ਕੇ ਕਹਿੰਦੇ ਵੀ ਅਸੀਂ ਰੌਲੀ ਤੋਂ ਅਗਲਾ ਕਹਿੰਦਾ ਵੀ ਉਹੀ ਸਿੱਪੀ ਹਾਂਜੀ ਸਿੱਪੀ ਗੱਲ ਕੇ ਪਿੰਡ ਤੋਂ ਆ ਜੀ ਬਹੁਤ ਖੁਸ਼ ਹੁੰਦਾ ਅਗਲਾ ਤੇ ਬੱਚੇ ਕਹਿੰਦੇ ਹੋਣਗੇ ਸਾਨੂੰ ਬੇਬੇ ਬੁਲਾਇਓ ਕਦੇ ਉਹਨਾਂ ਨਾਲ ਹਾਂਜੀ ਹਾਂਜੀ ਬਹੁਤ ਲੋਕ ਬੱਚੇ ਜਾਂਦੇ ਆ ਫੋਟੋ ਖਿਚਾਉਂਦੇ ਆ ਉਹਦੇ ਨਾਲ ਜਾ ਕੇ ਠੀਕ ਹੈ ਸਭ ਨੂੰ ਹੱਸ ਖੇਡ ਕੇ ਹਾਂਜੀ ਹਾਂਜੀ ਬਹੁਤ ਵਧੀਆ ਮਿਲਦਾ ਬਹੁਤ ਪਿਆਰ ਕਰਦਾ ਮਾਣ ਮਹਿਸੂਸ ਹੁੰਦਾ ਜੀ ਹਾਂਜੀ ਹਾਂਜੀ ਬਹੁਤ ਜ਼ਿਆਦੇ ਗੱਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਠੀਕ ਆ ਵਧੀਆ ਵਧੀਆ ਸਿੱਪੀ ਗੱਲ ਨੂੰ ਕਿੰਨਾ ਕੁ ਜਾਣਦੇ ਹੋ ਬਹੁਤ ਜਾਣਦੇ ਆ ਬਹੁਤ ਜਾਣਦੇ ਆ ਸਾਡੇ ਵਿੱਚ ਪੜਿਆ ਅੱਛਾ ਬਚਪਨ 'ਚ ਤੁਹਾਡੇ ਕੋਲ ਹੀ ਰਿਹਾ ਹਾਂ 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 ਸਾਡੇ ਨਾਲ ਦਿਲ ਦੀਆਂ ਗੱਲਾਂ ਸਾਰੀਆਂ ਖੋਲ ਲੈਂਦਾ ਸੀ ਹਾਂ ਸਾਰੇ ਕਿਵੇਂ ਦਾ ਸੀ ਬਚਪਨ 'ਚ ਜਿਵੇਂ ਜਵਾਕ ਹੁੰਦੇ ਨੇ ਨਾ ਵੀ ਥੋੜੇ ਜੇ ਜਿੱਦੀ ਹੁੰਦੇ ਨੇ ਇੱਕ ਸ਼ਾਂਤ ਹੁੰਦੇ ਨੇ ਉਹਦਾ ਸੁਭਾਅ ਕਿਵੇਂ ਦਾ ਸੀ ਬਾਈ ਬਹੁਤ ਵਧੀਆ ਸੀ ਸੁਭਾਅ ਬਹੁਤ ਜ਼ਿਆਦਾ ਸਮਝਾਉਂਦਾ ਸੀ ਜਵਾਕਾਂ ਨੂੰ ਮੇਰੇ ਬੱਚਿਆਂ ਨੂੰ ਵੀ ਸਮਝਾਉਣਾ ਉਹਨੇ ਜਦੋਂ ਕਿਤੇ ਬਾਹਰ ਜਾਂਦੇ ਹੋ ਕਹਿੰਦੇ ਵੀ ਅਸੀਂ ਰੌਲੀ ਪਿੰਡ ਤੋਂ ਆਏ ਹੋ ਫਿਰ ਅਗਲਾ ਕਹਿੰਦਾ ਵੀ ਉਹੀ ਸਿੱਪੀ ਗੱਲਾਂ ਲਈ ਰੌਲੀ ਪੁੱਛਦੇ ਆ ਵੀ ਕਹਿੰਦੇ ਸਿੱਪੀ ਪਿੰਡ ਦੇ ਪਿੰਡੋਂ ਆਏ ਬਹੁਤ ਮਾਣ ਤਾਣ ਕਰਦੇ ਆ ਹਾਂ ਬਹੁਤ ਜ਼ਿਆਦਾ ਮਾਣ ਤਾਣ ਕਰਦੇ ਕਹਿੰਦੇ ਨੇ ਵੀ ਸਾਨੂੰ ਵੀ ਮਿਲਾਓ ਕਦੇ ਉਹਦੇ ਨਾਲ ਰਿਸ਼ਤੇਦਾਰ ਕਹਿੰਦੇ 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 ਹਾਂ ਹਾਂ ਆ ਮੋਲ 'ਚ ਜਾਈਦਾ ਉੱਧਰ ਵੀ ਸਾਨੂੰ ਕੋਈ ਮੁੰਡਾ ਆਉਂਦਾ ਸਿੱਪੀ ਪਿੰਡ ਦੇ ਰੌਲੀ ਪਿੰਡ ਤੋਂ ਤੇ ਵੀ ਤੁਸੀਂ ਮਾਤਾ ਨੂੰ ਜਾਣਦੇ ਹੋ ਖਸੀ ਹਾਂ ਚੰਗੀ ਤਰ੍ਹਾਂ ਜਾਣਦੇ ਤੇ ਬਹੁਤ ਮਾਣ ਤਾਣ ਕਰਦੇ ਆ ਹੁਣ ਵੀ ਘਰੇ ਜਾਵੜ ਗਈ ਮਾਂ ਵੀ ਬਹੁਤ ਮਾਣ ਤਾਣ ਕਰਦੀ ਸਾਡਾ ਬਹੁਤ ਪਿਆਰ ਆ ਉਹਨਾਂ ਨਾਲ ਠੀਕ ਹੈ ਬਹੁਤ ਜ਼ਿਆਦਾ ਸਮੇਂ ਖੜੇ ਅਸੀਂ ਸਿੱਪੀ ਗਿੱਲੀ ਦੇ ਘਰ ਦੇ ਵਿਹੜੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਆਪਣਾ ਬਚਪਨ ਬੀਤਿਆ ਅਤੇ ਇਸ ਜਗ੍ਹਾ 'ਤੇ ਖੇਡ ਕੇ ਉਹ ਵੱਡੇ ਹੋਏ ਨੇ ਵੀਰ ਜੀ ਨੂੰ ਅਸੀਂ ਮਿਲਣਾ ਸੀ ਪਰ ਕੁਝ ਕੁ ਸਮਾਂ ਪਹਿਲਾਂ ਹੀ ਉਹਨਾਂ ਨੂੰ ਐਮਰਜੈਂਸੀ ਜਾਣਾ ਪਿਆ ਗਾ ਨਹੀਂ ਤੁਹਾਡੀ ਉਹਨਾਂ ਨਾਲ ਵੀ ਮੁਲਾਕਾਤ ਕਰਾਉਂਦੇ ਗੱਲਬਾਤ ਕਰਾਉਂਦੇ ਅਤੇ ਦੇਖ ਸਕਦੇ ਹੋ ਤੁਸੀਂ ਸਾਹਮਣੇ ਇਹ ਉਹਨਾਂ ਦਾ ਘਰ ਹੈ ਬਾਪੂ ਜੀ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਹੋਰ ਕੀ ਹਾਲ ਚਾਲ ਨੇ ਠੀਕ ਨੇ ਜੀ ਸਿੱਪੀ ਗੱਲੀ ਜੀ ਨੂੰ ਜਾਣਦੇ ਹੋ ਬਹੁਤ ਚੰਗੀ ਤਰ੍ਹਾਂ ਠੀਕ ਹੈ ਕਿੱਦਾਂ ਦਾ ਬਾਈ ਬਹੁਤ ਵਧੀਆ ਬਹੁਤ ਚੰਗਾ ਸੁਭਾਅ ਦਾ ਹੋਰ ਦੱਸ ਦੁਨੀਆ ਭਰ ਦੇ ਰੌਲੀ ਦਾ ਨਾਮ ਆਵਾਜ਼ ਜੀ ਸਿੱਪੀ ਗੱਲ ਕਹਿੰਦੇ ਆ ਦੁਨੇ ਹੋ ਕੇ ਤੁਰੀ ਦਾ ਸਿੱਪੀ ਗੱਲ ਰੌਲੀ ਵਾਲਾ ਹਾਂਜੀ ਦੁੱਗਣੇ ਹੋ ਜਾਂਦਾ ਮਾਣ ਦੁੱਗਣਾ ਜੀ ਦੁੱਗਣਾ ਕਹਿੰਦਾ ਸਿੱਪੀ ਗੱਲ ਜਦੋਂ ਕਹਿੰਦੇ ਰੌਲੀ ਵਾਲਾ ਕਹੀਦਾ ਤੇ ਚੌੜੇ ਹੋ ਕੇ ਤੁਰੀ ਦਾ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਜੀ ਸਿੱਪੀ ਗੱਲ ਜੀ ਨੂੰ ਜਾਣਦੇ ਹੋ ਹਾਂਜੀ ਕਿੰਨਾ ਕੁ ਜਾਣਦੇ ਹੋ ਬਹੁਤ ਜ਼ਿਆਦਾ ਠੀਕ ਹੈ ਤੇ ਕਿਵੇਂ ਦੇ ਨੇ ਬਾਈ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਕੋਈ ਆ ਨਹੀਂ ਵੀ ਆ ਕੇ ਬੁਕਰ ਪੁਣਾ ਕਰਦਾ ਅੱਛਾ ਸਾਰਿਆਂ ਨਾਲ ਬਹਿੰਦਾ ਫੱਟਾ ਉਹ ਵੀ ਸਾਡਾ ਉੱਥੇ ਡਾਇਆ ਵਾ ਮਾਣ ਨਾਲ ਵਧੀਆ ਆਰਾਮ ਨਾਲ ਪਿਆਰ ਨਾਲ ਮਿਲਦਾ ਵਾ ਜਿਵੇਂ ਹੁਣ ਤਾਂ ਬਾਈ ਦੀ ਬਹੁਤ ਚੜ੍ਹਾਈ ਹੋ ਗਈ ਸਭ ਨੂੰ ਹੱਸ ਖੇਡ ਕੇ ਮਿਲਦੇ ਆ ਹਾਂਜੀ ਜਦੋਂ ਵੀ ਆਉਂਦੇ ਆ ਅਸੀਂ ਤਾਂ ਲੰਘਦੇ ਰਹਿੰਦੇ ਕੋਲ ਦੀ ਸਾਰੀ ਜਿਹੜੀ ਹਾਂਜੀ ਅਤੇ ਵਧੀਆ ਪਿਆਰ ਨਾਲ ਬਾਈ ਰਹਿੰਦੇ ਆ ਕੋਲੇ ਰਹਿੰਦੇ ਜਦੋਂ ਵੀ ਆਉਂਦਾ ਨੇੜੇ ਕਿੰਨਾ ਕੁ ਗੇੜਾ ਮਾਰਦੇ ਨੇ ਪਿੰਡ 'ਚ
ਆ ਜਾਂਦਾ ਹਫ਼ਤੇ ਕੁ ਬਾਅਦ ਦੋ ਵਾਰੀ ਜਾਂ ਕੋਈ ਹੁਣ ਵੀ ਹੋ ਕੇ ਗਿਆ ਸੀਗਾ ਸ੍ਰੀ ਅਕਾਲ ਪੁੱਤ ਹੋਰ ਕਿਵੇਂ ਹੋ ਠੀਕ ਠਾਕ ਵਧੀਆ ਤਾਂ ਠੀਕ ਨੇ ਜੀ ਹਾਂਜੀ ਠੀਕ ਆ ਪੁੱਤ ਸਿੱਪੀ ਗੱਲ ਜੀ ਨੂੰ ਜਾਣਦੇ ਹੋ ਹਾਂਜੀ ਪੁੱਤ ਬਹੁਤ ਵਧੀਆ ਮੁੰਡਾ ਸਾਡੇ ਪਿੰਡ ਦਾ ਹੀ ਆ ਤੇ ਉਹਦਾ ਪਿਓ ਸਰਪੰਚ ਆ ਰਿਹਾ ਅੱਗੇ ਅੱਛਾ ਤੇ ਬਹੁਤ ਵਧੀਆ ਗਾਇਕ ਆ ਉਹ ਚੜ੍ਹਦੀ ਕਲਾ ਉਹਦੀ ਬਹੁਤ ਆ ਕੈਨੇਡਾ ਚ ਵੀ ਜਾ ਕੇ ਆਇਆ ਤੇ ਉਹਦੀ ਫੈ ਵੀ ਕੈਨੇਡਾ ਚ ਹੀ ਆ ਫੈਮਿਲੀ ਬਾਕੀ ਦੀ ਕੈਨੇਡਾ ਚ ਹਾਂ ਕੈਨੇਡਾ ਚ ਹੀ ਆ ਪੁੱਤ ਤੇ ਵਧੀਆ ਸਾਰੇ ਉਹ ਭੈਣ ਭਰਾ ਉਹਦੇ ਸਾਰੇ ਵਧੀਆ ਐਨ ਵਧੀਆ ਠੀਕ ਹੈ ਹਾਂ ਪਿੰਡ ਚ ਉਹਨੂੰ ਕੀ ਨਾਮ ਨਾਲ ਜਾਣਦੇ ਨੇ ਸਾਰੇ ਪਿੰਡ ਚ ਉਹਦਾ ਨਾਂ ਸਿੱਪੀਓ ਹੀ ਕਹਿੰਦੇ ਆ ਉਹਨੂੰ ਤੇ ਉਹਦਾ ਪਿਓ ਜਗਿੰਦਰ ਗੀਤ ਗੂਤ ਸੁਣਦੇ ਹੋ ਬਾਈ ਕੋਲੋਂ ਫਿਰ ਹਾਂ ਹਾਂ ਵਧੀਆ ਬਾਈ ਸੁਣਦੇ ਹਾਂ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਾਈ ਤੇ ਜਦੋਂ ਪਿੰਡ 'ਚ ਬਾਹਰ ਜਾਂਦੇ ਹੋ ਕਿਤੇ ਸੁਣਦੇ ਹੋ ਵੀ ਰੌਲੀ ਰੌਲੀ ਗੀਤਾਂ 'ਚ ਵੱਜਦਾ ਹੈਗਾ ਮਾਣ ਤਾਂ ਬਾਈ ਪੂਰਾ ਹੀ ਮਹਿਸੂਸ ਹੁੰਦਾ ਵਾ ਵੀ ਅਗਲੇ ਜਦੋਂ ਕਹਿੰਦੇ ਆ ਬਾਈ ਸਿੱਪੀ ਗੱਲ ਤੁਹਾਡੇ ਪਿੰਡ ਦਾ ਵਾ ਪੂਰਾ ਵਧੀਆ ਲੱਗਦਾ ਵੀ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਵਾ ਪੂਰਾ ਮਾਣ ਮਹਿਸੂਸ ਹੁੰਦਾ ਬਾਈ ਤੁਸੀਂ ਕੀ ਕਹਿ ਕੇ ਬੁਲਾਉਂਦੇ ਹੋਗੇ ਜਿਵੇਂ ਸਾਰੀ ਦੁਨੀਆ ਤਾਂ ਉਹਨਾਂ ਨੂੰ ਸਿੱਪੀ ਗੱਲ ਦੇ ਨਾਮ ਨਾਲ ਜਾਣਦੀ ਆ ਮੈਂ ਬਾਈ ਕਹਿ ਕੇ ਬੁਲਾਉਂਦਾ ਠੀਕ ਆ ਉਹ ਪਿੰਡ ਦੇ ਵਿੱਚ ਕੀ ਕਹਿੰਦੇ ਨੇ ਸਿੱਪੀ ਕਹਿੰਦੇ ਨੇ ਹਾਂ ਸਿੱਪੀ ਕਿੰਨਾ ਦੇ ਵੱਜਦੇ ਨੇ ਪਿੰਡ 'ਚ ਉਹ ਜਿਵੇਂ ਇੱਕ ਆਪਾਂ ਉਹ ਨਾਂ ਪੈਂਦਾ ਹੁੰਦਾ ਵੀ ਉਹਨਾਂ ਦੇ ਕਿੰਨਾ ਦੇ ਵੱਜਦੇ ਨੇ ਸਿੱਪੀ ਗੱਲ ਕੇ ਪਿੰਡ 'ਚ ਸਿੱਪੀ ਗੱਲ ਆੜਤੀ ਵੱਜਦੇ ਆ ਗੱਲ ਬਾਤ ਹੁੰਦੀ ਸਾਡੇ ਨਾਲ ਬਰੋਬਰ ਖੜਦੇ ਆ ਗੱਲ ਬਾਤ ਕਿੱਦਾਂ ਦੀ ਕਿਵੇਂ ਗੱਲ ਬਾਤ ਪੂਰੀ ਵਧੀਆ ਬਾਈ ਨਹੀਂ ਕੀ ਮਤਲਬ ਕਿਹੜੇ ਕੰਮਾਂ 'ਚ ਖੜਦੇ ਨੇ ਨਾਲ ਜੋ ਕੋਈ ਪਿੰਡ ਦੇ ਵਿੱਚ ਕੋਈ ਲੋਕ ਸੇਵਾ ਦਾ ਕੰਮ ਕਰਨਾ ਕੋਈ ਬੁਆ ਠਮਾਰ ਆ ਸਾਰਾ ਕੁਝ ਨਾਲ ਖੜਦੇ ਆ ਜਦੋਂ ਫੋਨ ਲਾ ਜਦੋਂ ਪੂਰੇ ਖੜਦੇ ਸਾਡੇ ਨਾਲ ਪਹਿਲਾਂ ਤੋਂ ਹੀ ਖੜਦੇ ਹਰੇਕ ਕੰਮ 'ਚ ਇਹਨਾਂ ਨੂੰ ਗਾਉਣ ਦਾ ਸ਼ੌਂਕ ਕਦੋਂ ਪਿਆ ਬਈ ਇਹ ਸ਼ੁਰੂ ਤੋਂ ਹੀ ਉਹਨੂੰ ਗਾਉਣ ਦਾ ਸ਼ੌਂਕ ਹੈ ਨਿੱਕੇ ਹੁੰਦੇ ਤੋਂ ਹੀ ਗਾਉਣ ਦੇ ਸ਼ੌਂਕ 'ਚ ਇਹ ਤੇ ਉਦੋਂ ਬਾਅਦ ਇੱਕ ਸਾਡੇ ਪਿੰਡ ਦਾ ਲਾਡੀ ਗਿੱਲ ਆ ਜਿਹੜਾ ਮਿਊਜ਼ਿਕ ਦਿੰਦਾ ਵਾ ਇਹ ਦੋਨੇ ਜਾਣੇ ਇਕੱਠੇ ਆਪਸ ਵਿੱਚ ਕਿਤੇ ਸਕੂਟਰਾਂ 'ਤੇ ਜਾ ਉੜੇ ਕਿਤੇ ਕਿਵੇਂ ਜਾ ਉੜੇ ਉਦੋਂ ਬਾਅਦ ਹੌਲੀ ਹੌਲੀ ਚੱਲਦੇ ਚੱਲਦੇ ਅਤੇ ਬਾਬੇ ਨੇ ਕਰਤੀ ਕਿਰਪਾ ਕਿੰਨੀ ਕੁ ਮਿਹਨਤ ਕਰੀ ਇਹਨਾਂ ਨੇ ਬਾਈ ਬਹੁਤ ਜ਼ਿਆਦਾ ਮਿਹਨਤ ਕੀਤੀ ਬੰਦੇ ਨੇ ਪਰ ਘਰੋਂ ਵੀ ਸਪੋਰਟ ਫੁੱਲ ਸੀਗੀ ਬਹੁਤ ਮਿਹਨਤ ਕੀਤੀ ਆ ਹੁਣ ਮਿਹਨਤ ਦਾ ਫਲ ਲੱਗਾ ਜਦੋਂ ਕਿਤੇ ਬਾਹਰ ਜਾਂਦੇ ਹੋ ਅਗਲਾ ਕਹਿੰਦਾ ਵੀ ਕਿਹੜੇ ਪਿੰਡ ਤੋਂ ਤੁਸੀਂ ਪਿੰਡ ਦਾ ਨਾਮ ਦੱਸਦੇ ਹੋ ਰੌਲੀ ਵਾਲੇ ਗਿੱਲ ਦੇ ਨਾਂ ਦੇ ਵੀਰੇ ਮਸ਼ਹੂਰ ਆ ਸਾਰੇ ਜਾਣੇ ਕਹਿੰਦੇ ਰੌਲੀ ਵਾਲੇ ਗਿੱਲ ਆ ਹਾਂ ਬਈ ਰੌਲੀ ਵਾਲੇ ਗਿੱਲ ਤੇ ਐਂ ਸਾਨੂੰ ਆਖਦੇ ਬਾਕੀ ਹੁਣ ਟਾਈਗਰ ਟਾਈਗਰ ਦੇ ਨਾਂ ਦੇ ਸਾਨੂੰ ਪੂਰੇ ਜਾਣਦੇ ਟਾਈਗਰ ਕਦੋਂ ਕਹਿਣ ਲੱਗੇ ਇਹਨੂੰ ਬਸ ਟਾਈਗਰ ਫਿਲਮ ਆਈ ਆ ਉਦੋਂ ਪਹਿਲਾਂ ਬਸ ਟਾਈਗਰ ਉਦੋਂ ਤੋਂ ਚੱਲ ਪਿਆ ਨਾਂ ਫਿਰ ਉਦੋਂ ਤੋਂ ਟਾਈਗਰ ਕਹਿਣ ਲੱਗੇ ਬਸ ਟਾਈਗਰ ਬਸ ਉਦੋਂ ਚੱਲ ਲੱਗੇ ਪੂਰੀ ਦੁਨੀਆ ਚ ਮਸ਼ਹੂਰ ਕਰਿਆ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਜਦੋਂ ਕਿਤੇ ਆਪਣੇ ਪੇਕਿਆਂ ਕੇ ਨਹੀਂ ਜਾਂਦੇ ਫਿਰ ਉੱਥੇ ਕਹਿੰਦੇ ਨੇ ਵੀ ਸਾਨੂੰ ਵੀ ਮਿਲਾਇਓ ਜਾਂ ਛੋਟੇ ਬੱਚੇ ਕਹਿੰਦੇ ਹੋਣਗੇ ਰਿਸ਼ਤੇਦਾਰ ਵੀ ਕਹਿੰਦੇ ਵੀ ਮਿਲਾਇਓ ਉਹਨਾਂ ਨੂੰ ਜਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਗਾ ਆਰਟਿਸਟਾਂ ਨੂੰ ਮਿਲਦਾ ਹਾਂਜੀ ਆਉਂਦੇ ਆ ਸਾਡੇ ਉੱਧਰ ਜਲੰਧਰ ਰਿਸ਼ਤੇਦਾਰੀ ਆ ਉਦੋਂ ਪਿੱਛੇ ਜੇ ਆਏ ਸੀਗੇ ਮਿਲਣ ਵਾਸਤੇ ਤੇ ਉਦੋਂ ਘਰੇ ਨਹੀਂ ਸੀ ਉਹਨਾਂ ਦੀ ਮਾਤਾ ਜੀ ਕਹਿੰਦੇ ਵੀ ਉਹ ਉੱਥੇ ਰਹਿੰਦੇ ਬਾਹਰ ਠੀਕ ਹੈ ਹਾਂਜੀ ਸਭ ਨੂੰ ਹੱਸ ਖੇਡ ਕੇ ਮਿਲਦੇ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਧੰਨਵਾਦ ਮਾਤਾ ਜੀ ਠੀਕ ਹਾਂਜੀ ਕੀ ਹਾਲ ਨੇ ਵੀਰ ਦੇ ਬਹੁਤ ਵਧੀਆ ਜੀ ਤੇ ਸਿੱਪੀ ਗੱਲੀ ਨੂੰ ਜਾਣਦੇ ਹੋ ਹਾਂਜੀ ਕਿੰਨੀ ਕੁ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਜੀ ਤੁਸੀਂ ਇਕੱਠੇ ਮਤਲਬ ਵੀ ਹਮ ਉਮਰ ਹੋਵੋਗੇ ਪੜ੍ਹਦੇ ਵਗੈਰਾ ਜੀ ਹਾਂਜੀ ਸਾਡੇ ਨਾਲ ITI ਸੀ ਅੱਛਾ ਕਿੱਥੇ ਕਰਦੇ ਸੀ ਮੋਗਾ ਜੀ ਠੀਕ ਹੈ ਤੇ ਉਦੋਂ ਵੀ ਬਾਈ ਗਾਉਂਦੇ ਸੀ ਬਾਈ ਉਦੋਂ ਨਹੀਂ ਸੀ ਬਾਈ ਗਾਉਂਦਾ ਬਾਈ ਉਦੋਂ ਬਾਅਦ ਗਾਉਣ ਲੱਗਾ ਠੀਕ ਹੈ ਉਦੋਂ ਬਾਅਦ ਗਾਉਣ ਲੱਗੇ ਹਾਂਜੀ ਤੇ ਸੁਭਾਅ ਕਿੱਦਾਂ ਦਾ ਸੀ ਉਦੋਂ ਬਾਈ ਦਾ ਬਹੁਤ ਵਧੀਆ ਜੀ ਤੇ ਹੁਣ ਅੱਜ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਏ ਕਹਿੰਦੀ ਇੱਕ ਬੁਲੰਦੀਆਂ ਨੂੰ ਸੂਹਿਆ ਤੇ ਹੁਣ ਬਾਈ ਦਾ ਸੁਭਾਅ ਕਹਿੰਦਾ ਕਹੋ ਜੀ ਨਹੀਂ ਉਹੋ ਜਿਹਾ ਹੀ ਆ ਸੁਭਾਅ ਤਾਂ ਬਾਈ ਦਾ ਕੋਈ ਫਰਕ ਨਹੀਂ ਪਿਆ ਉਵੇਂ ਹੀ ਮਿਲਦੇ ਨੇ ਹੱਸ ਕੇ ਹਾਂਜੀ 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 ਤੁਹਾਡੇ ਨਾਲ ਕਿੰਨੇ ਤੱਕ ਪੜ੍ਹੇ ਨੇ ਪਲੱਸ 2 ਤਾਂ ਜੀ ਠੀਕ ਹੈ ਹਾਂਜੀ ਪਲੱਸ 2 ਤੱਕ ਮੋਗੇ ਹਾਂਜੀ 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 DM ਕਾਲਜ 'ਚ ਵੀ ਲੱਗੇ ਰਹੇ ਆ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਬਾਈ ਕਿਹੜੇ ਸਕੂਲ 'ਚ ਪੜ੍ਹਦੇ ਸੀ ਪਹਿਲਾਂ ਇਹ ਗੁਰੂ ਨਾਨਕ 'ਚ ਪੜ੍ਹਦੇ ਸੀ ਇੱਥੇ ਦੂਜੇ ਬਹਿਣੇ ਅੱਛਾ ਜੀ ਜੀ ਜਗਤ ਸੇਵ 'ਚ ਜੀ ਠੀਕ ਹੈ ਜੀ ਗਾਣਾ ਸੁਣਾ ਦੇ ਕਿੱਦਾਂ ਗਾਣਾ ਬਾਈ ਬੰਦਾ ਬਹੁਤ ਵਧੀਆ ਮਿਲਦਾ ਪਿੰਡ ਵੀ ਆ ਕੇ ਸਾਰਿਆਂ ਨੂੰ ਵਧੀਆ ਮਿਲਦਾ ਪੂਰਾ ਚੱਕਰ ਦਾ ਪੂਰਾ ਗੀਤ ਸੁਣਦੇ ਹੋਗੇ ਗੀਤ ਸਾਰੇ ਵਧੀਆ ਆਦੇ ਪਰ ਸਾਨੂੰ ਨਹੀਂ ਸੁਣਾਉਂਦੇ ਕਿਵੇਂ ਨਹੀਂ ਉਹ ਜਿਹੜਾ ਹੁਣ ਧਰਨ ਪਾਉਣੀ ਪਾਣੀ ਕੱਢਣੀ ਜਾਣਦੇ ਅਸੀਂ ਧੋਸਰਾ ਕੀਤਾ ਲਾ ਵੀ ਰਹੇ ਬਾਈ ਨੇ ਦੋ ਲੈਣਾ ਸੁਣਾ ਦੇ ਸਾਨੂੰ
ਹੁਣ ਚੇਤਾ ਨਹੀਂ। ਕੀ ਹਾਲ ਨੇ ਵੀਰ ਦੇ? ਵਧੀਆ ਬਾਈ ਵਧੀਆ, ਤੁਸੀਂ ਦੱਸੋ? ਵਧੀਆ। ਸਿੱਪੀ ਗਿੱਲ ਨੂੰ ਜਾਣਦੇ ਹੋ? ਹਾਂਜੀ ਬਾਈ। ਕਿੰਨਾ ਕੁ ਜਾਣਦੇ ਹੋਗੇ? ਕਾਫੀ ਜ਼ਿਆਦਾ ਜਾਣਦੇ ਆ, ਪਿੰਡ ਵਾਸਤੀ ਕਰਕੇ। ਕਿੱਦਾਂ ਦੇ ਨੇ ਬਾਈ? ਬਹੁਤ ਵਧੀਆ ਸੁਭਾਅ, ਬੜਾ ਨਰਮ ਸੁਭਾਅ ਬੰਦੇ ਦਾ, ਵਧੀਆ ਮਿਲ ਵਰਤਣ ਵਾਲੇ ਆ। ਜਦੋਂ ਮਰਜ਼ੀ ਕੋਈ ਵੀ ਘਰੇ ਉੱਠ ਜੇ, ਚਾਹ ਪਾਣੀ ਪਿਆਜ ਤੋਂ ਬਗੈਰ ਨਹੀਂ ਮੋੜਦੇ। ਕੋਈ ਜਵਾਕ ਉੱਠ ਜੇ, ਛੋਟਾ ਕੋਈ ਉੱਠ ਜੇ, ਫੋਟੋ ਕਰਵਾਉਣ ਉੱਠ ਜੇ, ਕੋਈ ਬਾਹਰੋਂ ਆਇਆ ਹੋਵੇ, ਵਧੀਆ ਮਿਲ ਕੇ, ਜਾਣੀ ਕਿ ਵਧੀਆ ਪਰਿਵਾਰ ਪਹਿਲੇ ਤੈਨੂੰ ਹੀ ਮਿਲਣ ਵਾਲਾ ਸਾਰਾ। ਉਹਨਾਂ ਦੇ ਫਾਦਰ ਸਾਹਿਬ ਵੀ ਵਧੀਆ, ਪਿੰਡ ਆੜਤਾ, ਮੋਗੇ ਵੀ ਆੜਤਾ, ਸਾਰਾ ਪਿੰਡ ਤਕਰੀਬਨ ਉਹਨਾਂ ਦੀ ਆੜਤ 'ਤੇ ਹੀ ਕਣਕ ਝੋਨਾ ਖੜਦੇ ਆ। ਠੀਕ ਹੈ ਜੀ। ਪਹਿਲੇ ਦਿਨੋਂ ਹੀ ਹਲੇ ਇਹੋ ਜਿਹਾ ਪਰਿਵਾਰ ਆ ਉਹਨਾਂ ਦਾ ਵੀ, ਮਿਲਣ ਵਰਤਣ ਵਾਲਾ ਪਰਿਵਾਰ ਆ। ਪਿੰਡ 'ਚੋਂ ਕੋਈ ਉੱਠ ਜੇ, ਜਿਵੇਂ ਕੋਈ ਗ੍ਰਾਹੀ ਕਰਨ ਉੱਠ ਗਏ, ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ, ਵੀ ਵਧੀਆ ਪਰਿਵਾਰ ਆ। ਸਿੱਪੀ ਪਹਿਲੇ ਦਿਨੋਂ ਹਲੇ ਪਰਿਵਾਰ ਇੱਥੇ ਪਿੰਡ ਦੇ ਵਿੱਚ ਰਹਿੰਦਾ ਕਰਕੇ, ਵੀ ਆਪ ਵੀਹ ਮਹੀਨੇ ਦੇ ਵਿੱਚ ਜੇ ਚੰਡੀਗੜ੍ਹ ਵੀ ਰਹਿੰਦੇ ਆ ਹੁਣ, ਪਰ ਫਿਰ ਵੀ ਦੋ ਚਾਰ ਵਾਰੀ ਪੰਜ ਵਾਰੀ ਗੇੜਾ ਮਹੀਨੇ ਦੇ ਵਿੱਚ ਮਾਰਦੇ ਰਹਿੰਦੇ। ਠੀਕ ਹੈ ਜੀ। ਵੀ ਵਧੀਆ ਪਰਿਵਾਰ ਆ, ਵੀ ਇੱਕ ਹਿਸਾਬ ਦਾ ਆਪਾਂ ਕਹਿ ਸਕਦੇ ਵੀ ਪਿੰਡ ਦੇ ਵਿੱਚੋਂ ਜੇ ਕਿਸੇ ਨੇ ਸੱਦਿਆ ਵਾ ਤਾਂ ਜ਼ਰੂਰ ਜਾਂਦੇ ਉਹਨਾਂ ਦੇ। ਅੱਛਾ, ਜਾਂਦੇ ਨੇ ਹਰੇਕ? ਹਾਂ, ਹਰੇਕ ਦੇ ਜਾਂਦੇ ਨੇ, ਜੇ ਆਪ ਨਹੀਂ ਪਹੁੰਚ ਸਕਦੇ ਫਾਦਰ ਸਾਹਿਬ ਜਾਂਦੇ ਉਹਨਾਂ ਦੇ, ਵੀ ਘਰ ਦੇ ਵਿੱਚੋਂ ਕੋਈ ਨਾ ਕੋਈ ਜੀ ਉਹਨਾਂ ਦਾ ਜ਼ਰੂਰ ਜਾਂਦਾ। ਜਦੋਂ ਕਿਤੇ ਪਿੰਡ ਤੋਂ ਬਾਹਰ ਜਾਂਦੇ ਤੁਸੀਂ ਦੱਸਦੇ ਹੋਵੋਗੇ ਅਸੀਂ ਰੌਲੀ ਪਿੰਡ ਤੋਂ ਆਇਓ, ਅਗਲਾ ਪਹੁੰਚਦਾ ਵਾ ਬਾਈ ਸਿੱਪੀ ਵਾਲੇ ਪਿੰਡ ਤੋਂ ਯਾਰ, ਅਗਲੇ ਜੋ ਦੱਸੀਦਾ ਵਾ, ਨਾਲੇ ਆਪ ਨੂੰ ਖੁਸ਼ੀ ਜੀ ਹੁੰਦੀ ਵੀ ਯਾਰ ਸਾਡੇ ਪਿੰਡ ਦਾ ਨਾਮ ਆ, ਕੋਈ ਜਾਣਦਾ ਯਾਰ ਸਾਡੇ ਪਿੰਡ ਦੇ ਨਾਂ ਤੋਂ। ਜਦੋਂ ਕੋਈ ਵੀ ਪੁੱਛਦਾ ਲੱਗਦਾ ਬਾਈ ਯਾਰ ਸਿੱਪੀ ਵਾਲਾ ਪਿੰਡ ਆ ਤੇਰਾ, ਅਗਲੇ ਨੂੰ ਦੱਸੀਦਾ ਲੱਗਦਾ ਬਾਈ ਯਾਰ ਜਾਣਦਾ ਤੂੰ, ਜੇ ਪਿੰਡ ਆਈਏ ਫੋਟੋ ਕਰਵਾ ਦੇਗਾ। ਇਹ ਚੀਜ਼ ਹੈ ਫਿਰ ਫੋਟੋ ਫਾਟੋ ਕਰਵਾਉਣ ਤੁਹਾਡੇ ਕੋਲ ਆਉਂਦੇ? ਫੋਟੋ ਬਾਈ ਯਾਰ ਜਮੇ ਨਹੀਂ ਆਦੇ, ਹੁਣ ਸਾਡੇ ਕੋਲ ਵੀਡੀਓ ਆ ਪਿਛਲੇ ਸਾਲ ਦੀ ਹੈ ਮੇਰੇ ਸਾਨੂੰ, ਸਿਆਲਾਂ ਦੇ ਵਿੱਚ ਨਾ ਅਸੀਂ ਆ ਦਿੱਲੀ ਧਰਨੇ ਦੇ ਕਰਕੇ ਕਣਕ ਇਕੱਠੀ ਕਰਦੇ ਸੀ ਪਿੰਡੋਂ। ਅੱਛਾ। ਅਤੇ ਉਹ ਪਿੰਡ ਹੀ ਸੀ, ਨਾਲ ਦੇ ਮੁੰਡੇ ਨੇ ਫੋਨ ਲਾ ਲਿਆ, ਕਹਿੰਦਾ ਬਾਈ ਯਾਰ ਘਰੇ ਆ? ਕਹਿੰਦਾ ਘਰੇ ਆ। ਕਹਿੰਦਾ ਬਾਈ ਤੇਰੇ ਗੇਟ 'ਚ ਆਉਂਦੇ ਹਾਂ ਵੀ ਆਈ ਬਾਹਰ, ਵਧੀਆ ਬਾਹਰ ਬੂਹਰ ਆਇਆ ਵੀ ਸਾਨੂੰ, ਕਹਿੰਦਾ ਯਾਰ ਚਾਹ ਪੀ ਕੇ ਜਾਇਓ ਘਰੇ, ਠੰਡਾ ਵਗੈਰਾ ਜੋ ਵੀ, ਵੀ ਪੂਰਾ ਇੱਜ਼ਤ ਮਾਣ ਕੀਤਾ। ਐਂ ਨਹੀਂ ਵੀ ਪਿੰਡੋ ਯਾਰ 10 ਜਣੇ ਆ ਗਏ ਸਾਡੇ ਗੇਟ 'ਚ, ਅਤੇ ਵੀ ਨਹੀਂ ਯਾਰ, ਬਾਕੀ ਪੈਸੇ ਪੂਸੇ ਵੀ ਵਧੀਆ ਦੇ ਕੇ ਤੋਰਿਆ, ਵੀ ਨਹੀਂ ਯਾਰ ਦਿੱਲੀ ਧਰਨਾ ਲੱਗਾ ਪੈਸੇ ਦਿੱਤੇ, ਵਧੀਆ ਸਹਿਯੋਗ ਕਰਦੇ ਹਰੇਕ ਕੰਮ 'ਚ। ਮੈਂ ਕਹਿੰਦਾ ਹਰੇਕ ਕੰਮ 'ਚ, ਗੁਰਦੁਆਰਾ ਸਾਹਿਬ ਜਾਂਦੇ ਇੱਥੇ ਦਿਵਾਲੀ ਵਗੈਰਾ 'ਤੇ ਜਦੋਂ ਵੀ ਹਲੇ, ਜਾਣੀ ਕਿ ਜਦੋਂ ਵੀ ਪਿੰਡ ਆਉਂਦੇ ਆ, ਵੀ ਕੋਈ ਇੱਕ ਸ਼ੋਅ ਆਫ ਜਾਂ ਨਹੀਂ ਕਰਦੇ ਵੀ ਯਾਰ ਮੈਂ ਕਲਾਕਾਰ ਆ, ਸਿੰਗਰ ਹਾਂ, ਵੀ ਮੈਂ ਚੜ੍ਹਾਈ ਆ ਜਾਂ ਪੈਸਾ ਮੇਰੇ ਕੋਲ, ਇਹ ਚੀਜ਼ ਨਹੀਂ ਸ਼ੋਅ ਕਰਦਾ ਬੰਦਾ। ਇਹ ਚੀਜ਼ ਬਾਹਲੀ ਵਧੀਆ ਇੱਥੇ, ਜਿੱਥੋਂ ਹੁਣ ਅਸੀਂ ਪਿੰਡੋਂ ਕਟਿੰਗ ਕਰਾਉਂਦੇ ਹਾਂ, ਕਈ ਵਾਰੀ ਉੱਥੇ ਕਟਿੰਗ ਕਰਾਉਣ ਆ ਜਾਂਦੇ ਜੋ ਪਿੰਡ ਹੁੰਦੇ ਆ, ਉੱਥੇ ਸਾਰਿਆਂ ਨੂੰ ਵਧੀਆ ਮਿਲਦੇ ਆ। ਠੀਕ ਹੈ। ਕਦੇ ਇਹ ਚੀਜ਼ ਨਹੀਂ ਸੋਚਦੇ ਵੀ ਨਹੀਂ ਯਾਰ ਵੀ ਮੈਂ ਕਲਾਕਾਰ ਹਾਂ, ਮੈਂ ਪਿੰਡ ਦੇ ਲੋਕਾਂ ਨੂੰ ਥੋੜ੍ਹਾ ਬੁਲਾਉਣਾ ਵਾ, ਵੀ ਜਾਂ ਯਾਰ ਮੈਂ ਤਾਂ ਜਾਣਦੇ ਨਹੀਂ ਜਵਾਕਾਂ ਨੂੰ, ਮੈਂ ਕਾਹਤੋਂ ਬੁਲਾਵਾਂ, ਜਿਹੜਾ ਮਰਜ਼ੀ ਪਿੰਡ ਉੜ ਜਾਵੇ ਵਧੀਆ ਮਿਲਦੇ ਉਹਨੂੰ। ਇੱਕ ਗੱਲ ਹੁੰਦੀ ਹੈ ਨਾ, ਜਦੋਂ ਬੰਦੇ ਦੀ ਚੜ੍ਹਾਈ ਹੋ ਜਾਂਦੀ ਬੰਦਾ ਉਹ ਸਾਰੀਆਂ ਜਗ੍ਹਾ ਛੱਡ ਜਾਂਦਾ ਹੈਗਾ ਪਿੰਡ ਦੀਆਂ, ਜਿੱਥੇ ਬੈਠਣਾ ਉੱਠਣਾ ਛੱਡ ਜਾਂਦਾ, ਉਹਨੇ ਪਿੰਡ ਨਹੀਂ ਛੱਡਿਆ। ਇਹ ਚੀਜ਼ ਮੇਨ ਆ, ਉਹਨੇ ਆਪਦਾ ਪਿੰਡ ਜਦੋਂ ਵੀ ਆਉਂਦਾ ਵਾ ਟਾਈਮ ਸਪੈਂਡ ਕਰਦਾ ਜਿਹੜੇ ਨਾਲ ਫਰੈਂਡ ਉਹਦਾ ਸਰਕਲ ਜਾਣੀ ਕਿ ਪੜਿਆ ਵਾ, ਮੇਨ ਇਹੀ ਚੀਜ਼ ਹੁੰਦੀ ਹੈ। ਜਦੋਂ ਵੀ ਬੰਦਾ ਯਾਰ ਹਲੇ ਥੋੜ੍ਹਾ ਜਿਹਾ ਸਕਸੈਸ ਕਰ ਜਾਂਦਾ ਵਾ, ਆਪਦੇ ਫਰੈਂਡ ਸਰਕਲ ਛੱਡ ਜਾਂਦਾ, ਨਹੀਂ ਯਾਰ ਇਹ ਤਾਂ ਪਿੰਡਾਂ ਵਾਲੇ ਆ, ਵੀ ਮੈਂ ਤਾਂ ਹਲੇ ਤਰੱਕੀ ਕਰ ਗਿਆ, ਵੀ ਇਹ ਤਾਂ ਹਜੇ ਉੱਥੇ ਹੀ ਫਿਰਦੇ ਆ। ਉਹਨੇ ਇਹ ਚੀਜ਼ ਨਹੀਂ ਛੱਡੀ, ਜਦੋਂ ਵੀ ਆਉਂਦਾ ਪਿੰਡ ਇੱਥੇ ਮਿਲਦਾ ਸਾਰਿਆਂ ਨੂੰ, ਵਧੀਆ ਪਰਿਵਾਰ ਆ, ਪਹਿਲੇ ਦਿਨ ਹੀ ਉਹਨਾਂ ਦਾ ਕਹਿ ਸਕਦੇ ਆਪਾਂ ਵੀ ਹਲੇ ਯਾਰ ਬੰਦਾ ਬਹੁਤ ਵਧੀਆ। ਅਤੇ ਜੇ ਕਹੀ ਗੱਲ ਹੈ ਨਾ ਵੀ ਉਹਨਾਂ ਦੇ ਹਾਲਾਤ ਪਹਿਲਾਂ ਕਿਹੋ ਜਿਹੇ ਸੀ ਅਤੇ ਗਾਇਕੀ ਤੋਂ ਬਾਅਦ ਕਿਹੋ ਜਿਹੇ ਹੋਏ? ਨਹੀਂ ਯਾਰ ਹਾਲਾਤ ਤਾਂ ਉਹਨਾਂ ਦੇ ਪਹਿਲਾਂ ਦਿਨੋਂ ਹੀ ਵਧੀਆ ਵਾ, ਕਾਰੋਬਾਰ ਵਧੀਆ ਸੀ, ਪੈਲੀ ਪੱਠਾ ਸੀਗਾ, ਪਹਿਲਾਂ ਤਾਂ ਕਰਦੇ ਹੁੰਦੇ ਸੀ, ਹੁਣ ਨਹੀਂ ਕਰਦੇ, ਹੁਣ ਤਾਂ ਮਾਮਲੇ 'ਤੇ ਹੁੰਦੀ ਆ। ਕਿੰਨੀ ਕੁ ਜ਼ਮੀਨ ਆ ਉਹਨਾਂ ਕੋਲ? ਜ਼ਮੀਨ ਉਹਨਾਂ ਕੋਲ ਯਾਰ ਮੇਰੇ ਹਿਸਾਬ ਨਾਲ ਅੰਦਾਜ਼ਾ 20-25 ਕਿੱਲੇ ਹੈਗੀ ਆ ਜ਼ਮੀਨ, ਆੜਤ ਸੀਗੀ ਉਹਨਾਂ ਦੀ ਪਹਿਲੇ ਦਿਨੋਂ ਹੀ। ਠੀਕ ਹੈ। ਪਹਿਲਾਂ ਪਿੰਡ ਸੀ, ਹੁਣ ਮੋਗੇ ਵੀ ਆ, ਦੋ ਜਗ੍ਹਾ 'ਤੇ ਆੜਤ ਆ। ਆੜਤ ਉਹਨਾਂ ਦੇ ਫਾਦਰ ਸਾਹਿਬ ਹੀ ਕਰਦੇ ਸੀਗੇ, ਆਪ ਤਾਂ ਹਜੇ ਵੀ ਨਹੀਂ ਕਰਨ ਲੱਗੇ, ਆਪ ਹੁਣ ਗਾਇਕੀ ਵਾਲੇ ਪਾਸੇ ਆ, ਆੜਤ ਕਰ ਨਹੀਂ ਸਕਦੇ, ਫਾਦਰ ਸਾਹਿਬ ਕਰਦੇ ਹਜੇ ਵੀ। ਤਕਰੀਬਨ ਸਾਡਾ ਸਾਰਾ ਪਿੰਡ ਉਹਨਾਂ ਦੀ ਆੜਤ 'ਤੇ ਹੀ ਆ, ਜਾਣੀ ਕਿ ਜਿਨ੍ਹਾਂ ਦੀ ਪਿੰਡ ਵਾਰੀ ਨਹੀਂ ਆਉਂਦੀ ਉਹ ਕਹਿ ਦਿੰਦੇ ਕੋਈ ਨਹੀਂ ਤੁਸੀਂ ਮੋਗੇ ਲਿਓ, ਆਪਾਂ ਮੋਗੇ 'ਤੇ ਲਾ ਦਾਂਗੇ। ਸਾਰਾ ਪਿੰਡ ਪਹਿਲੇ ਦਿਨੋਂ, ਬਾਕੀ ਲੈਣ ਦੇਣ ਬਣਿਆ ਵਾ ਉਹਨਾਂ ਨਾਲ, ਪਰਿਵਾਰ ਨਾਲ ਪਹਿਲੇ ਦਿਨੋਂ। ਕੋਈ ਵੀ ਘਰ ਆ ਹੁਣ ਉਹਨਾਂ ਜਾ ਕੇ ਕਹਿ ਦਿੰਦੇ, ਸਰਪੰਚ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਸਰਪੰਚ ਵੀ ਰਹੇ ਆ, ਸਰਪੰਚ ਸਾਹਿਬ 1,00,000 ਰੁਪਇਆ ਚਾਹੀਦਾ ਸੀ ਜ਼ਰੂਰੀ ਕੁੜੀ ਦਾ ਵਿਆਹ ਕਰਨਾ, ਉਹ ਕਹਿੰਦੇ 1,00,000 ਛੱਡੋ, 1,50,000 ਲੈ ਜਾਓ ਯਾਰ, ਕੋਈ ਨਹੀਂ ਆਪਾਂ ਅਗਲੀ ਵਾਰੀ ਕਰ ਲਾਂਗੇ, ਗਾਰੀ ਕਰ ਲਾਂਗੇ। ਸਾਰੇ ਪਿੰਡ ਨਾਲ ਪੂਰਾ ਵਧੀਆ ਮਿਲਵਰਤਨ ਪਹਿਲੀ ਪੀੜ੍ਹੀਆਂ ਤੋਂ ਚੱਲਿਆ ਹੁੰਦਾ? ਪਹਿਲੇ ਪੀੜ੍ਹੀਆਂ ਦੇ ਉਹਨਾਂ ਦੇ ਦਾਦਾ ਸਾਹਿਬ, ਦਾਦਾ ਜੀ ਸੀਗੇ, ਉਹ ਵੀ ਬੰਦੇ ਬਹੁਤ ਵਧੀਆ ਸੀ। ਇਹ ਚੀਜ਼ ਆ। ਕਿੰਨਾ ਦੇ ਵੱਜਦੇ ਨੇ ਪਿੰਡ 'ਚ? ਪਿੰਡ 'ਚੋਂ ਸਰਪੰਚਾਂ ਦੇ ਹੀ ਵੱਜਦੇ ਆ, ਕਿਉਂਕਿ ਸਰਪੰਚ ਉਹਨਾਂ ਦੇ ਫਾਦਰ ਸਾਹਿਬ ਰਹੇ ਆ, ਚਾਚਾ ਜੀ ਵੀ ਉਹਨਾਂ ਦੇ ਰਹੇ ਆ, ਉਹ ਸਰਪੰਚਾਂ ਦੇ ਹੀ ਵੱਜਦੇ। ਹਾਂਜੀ ਦੋਸਤੋ, ਇਹ ਤਾਂ ਤੁਸੀਂ ਦੇਖਿਆ ਸਿੱਪੀ ਗਲੀ ਦਾ ਘਰ ਅਤੇ ਪਿੰਡ ਦੇ ਲੋਕਾਂ ਨੇ ਦੱਸਿਆ ਉਹਨਾਂ ਦੇ